ਰਹੀਮ ਜੀ, ਅਸਲਾਮ ਅਲੈਕੁਮ ਵਿਊਅਰਸ, ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਹੋਵੋਗੇ ਜੀ। ਅਲਹਮਦੁਲਿਲਾ, ਅਸੀਂ ਵੀ ਠੀਕ ਹਾਂ, ਬਿਲਕੁਲ ਖੈਰੀਅਤ ਨਾਲ ਹਾਂ। ਤੋ ਅੱਜ ਅਸੀਂ ਦੁਪਹਿਰ ਦਾ ਲੱਗੇ ਹਾਂ ਖਾਣਾ ਬਣਾਉਣ। ਤੋ ਦੁਪਹਿਰ ਦੇ ਖਾਣੇ ਦੇ ਵਿੱਚ ਅਸੀਂ ਬਣਾਉਣ ਲੱਗੇ ਹਾਂ ਗੁੜ ਵਾਲੇ ਚਾਵਲ। ਤੋ ਕਿੱਦਾਂ ਬਣਾਉਂਦੇ ਹਾਂ ਤੁਹਾਨੂੰ ਦਿਖਾਵਾਂਗੇ, ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੇਰੇ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਲਾਜ਼ਮੀ ਕਰਿਓ। ਤੋ ਗੁੜ ਪਾਪਾ ਜੀ ਲੈ ਕੇ ਆਏ ਸੀ, ਤੋ ਗੁੜ ਪਿਆ ਸੀਗਾ, ਅਤੇ ਮੈਂ ਕਿਹਾ ਅੱਜ ਦੁਪਹਿਰ ਦੇ ਖਾਣੇ ਦੇ ਵਿੱਚ ਅਸੀਂ ਬਣਾਉਂਦੇ ਹਾਂ ਗੁੜ ਵਾਲੇ ਚਾਵਲ। ਜੀ ਇਹਦੇ ਵਿੱਚ ਐਡ ਕਰਾਂਗੇ ਪਾਣੀ, ਗੁੜ ਜੋ ਹੈ ਮੈਂ ਪਹਿਲੇ ਵਿੱਚ ਪਾ ਦੂੰ। ਇੱਕ ਕਿਲੋ ਚਾਵਲ ਲਏ ਮੈਂ, ਤੋ 2 ਕਿਲੋ ਐਡ ਕੀਤਾ ਮੈਂ ਪਾਣੀ। ਬਹੁਤ ਜ਼ਿਆਦਾ ਆਇਆ, ਜਿੱਦਣ ਇੱਥੇ ਦੁਪਹਿਰ ਨੂੰ ਚੁੱਲ੍ਹੇ ਤੋਂ ਕੁਛ ਆਪ ਕੰਮ ਨਾ, ਉੱਧਰ ਮੇਰਾ ਸਿਆ ਹਾਂਜੀ ਜੀ ਤੋਂ ਦੁਬਾਰਾ ਬਰਤਨ ਧੋ ਕੇ ਹੁਣ ਅਸੀਂ ਇਹਨੂੰ ਉੱਪਰ ਰੱਖ ਦਿੱਤਾ, ਤੇ ਹੁਣ ਇਹਨੂੰ ਅਸੀਂ ਪਾ ਲਾਂਗੇ ਖੁਸ਼ਕ, ਕਿਉਂਕਿ ਹੁਣ ਇਹਦੇ ਵਿੱਚ ਅਸੀਂ ਐਡ ਕਰਨਾ ਘੀ। ਜੀ ਤੋਂ ਬਰਤਨ ਹੋ ਗਿਆ ਖੁਸ਼ਕ, ਤੋ ਹੁਣ ਅਸੀਂ ਇਹਦੇ ਵਿੱਚ ਪਾ ਲਾਂਗੇ ਘੀ।
ਜੀ ਤੋ ਹੁਣ ਅਸੀਂ ਇਹਦੇ ਵਿੱਚ ਕਰਾਂਗੇ। ਜੀ ਤੋ ਇਧਰ ਪਾਣੀ ਜੋ ਹੈ ਉਹ ਰਿੱਝੇ ਪੈ ਗਿਆ, ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ ਚਾਵਲ। ਹਾਂਜੀ ਜੀ ਮਾਤਾ ਦਾ ਪਾਣੀ ਜੋ ਹੈ ਬਿਲਕੁਲ ਖੁਸ਼ਕ ਹੋ ਗਿਆ ਵਾ, ਉਸੇ ਪਾ ਲਿਆ ਇਹਨੂੰ ਅਸੀਂ। ਤੋ ਹੁਣ ਅਸੀਂ ਲਗਾ ਦਾਂਗੇ ਦਮ, ਤੋ ਨੀਚੋਂ ਆਲੂ ਜੋ ਹੈ ਉਹ ਬਾਹਰ ਕੱਢ ਦਾਂਗੇ। ਚਾਵਲ ਸਾਰੇ ਨੀਚੇ ਜੁੜ ਜਾਣਗੇ ਅਗਰ ਜ਼ਿਆਦਾ ਸੇਕ ਹੋਇਆ। ਹਾਂਜੀ ਜੀ ਤੋ ਮਾਸ਼ਾਅੱਲਾ ਚਾਵਲ ਜੋ ਹੈ ਹੋ ਗਿਆ ਸਾਡੇ ਜੀ, ਤੇ ਉਹਨਾਂ ਨੂੰ ਅਸੀਂ ਖਾ ਲਾਂਗੇ ਜੀ। ਅੱਜ ਮੈਨੇ ਬਣਾਇਆ ਪਹਿਲੀ ਦਫਾ ਗੁੜ ਵਾਲੇ ਚਾਵਲ। ਸਾਡੀ ਅੱਜ ਦੀ ਵੀਡੀਓ, ਮਿਲਾਂਗੇ ਹੁਣ ਤੁਹਾਡੇ ਨਾਲ ਨੈਕਸਟ ਵੀਡੀਓ 'ਚ। ਤੁਹਾਨੂੰ ਯਾਦ ਰੱਖਿਓ ਲਾਈਕ ਔਰ ਸਬਸਕ੍ਰਾਈਬ ਲਾਜ਼ਮੀ ਕਰਿਓ, ਕਮੈਂਟ ਵੀ ਦੱਸੋ।